ਸਰਨਾਵਾ ਚੱਲ ਪਿੱਦੇ ਆਉਟ ਚਲੀਏ ਇੱਕ ਵੱਡਾ 부ਆ ਸੀ ਸਰਕਾਰੀ ਕਲੋਨੀ ਦੇ ਵੱਡੇ ਸਾਰੇ ਘਰ ਦਾ ਬਾਹਰ ਚੌਧਰੀ ਅਬਦੁਲ ਮਜੀਦ ਨਾਂ ਦੀ ਫੱਟੀ ਲੱਗੀ ਹੋਈ ਸੀ ਖੱਦਰ ਦੇ ਕੱਪੜਿਆਂ ਤੇ ਮਲਮਲ ਦੀ ਪੱਗ ਵਾਲੇ ਬਾਬੇ ਨੇ ਹੱਥ ਵਿੱਚ ਫੜੀ ਖੁੰਡੀ ਨਾਲ ਉੱਚੇ ਅੱਡੇ ਦੀ ਚਮੋੜੀ ਜੁੱਤੀ ਝਾੜੀ ਚਿੱਟੀ ਦੁੱਧ ਦਾੜੀ ਤੇ ਹੱਥ ਫੇਰੇਆ ਕੁਝ ਕਰਵਾ ਦੀ ਵਿੱਥ ਉੱਤੇ ਇੱਕ ਸੱਤਾ ਅੱਠਾਂ ਵਰਿਆਂ ਦਾ ਛੋਰ ਉਹਦੇ ਵੱਲ ਹੌਲੀ ਹੌਲੀ ਟੁਰਿਆ ਆਉਂਦਾ ਸੀ ਪੈਰ ਉਹਦੇ ਜੁੱਤੀ ਹੁੰਦਿਆਂ ਵੀ ਅੱਧ ਪਿੰਡਲੀਆਂ ਤੇ ਇੱਕ ਘਟੇ ਨਾਲ ਭਰੇ ਹੋਏ ਸਨ ਗੋਲ ਮੂੰਹ ਤੇ ਮੋਟੀਆਂ ਅੱਖਾਂ ਗਲ ਉਹਦੇ ਨਿਰਕਮੀਜ਼ ਹੀ ਸੀ ਲਕੋ ਲੰਗਾ ਹੋਵੇ ਕੋਲ ਆਏ ਦੇ ਸਿਰ ਤੇ ਬਾਬੇ ਨੇ ਹੱਥ ਧਰਿਆ ਤੇ ਖੁੰਢੀ ਨਾਲ ਸਾਵੇਂ ਬੂਵੇ ਨੂੰ ਠਕੋ ਰਿਆ ਪਹਿਲੀ ਵਾਰੀ ਥੋੜਾ ਹੌਲੀ ਕਰਕੇ ਕੁਝ ਵਿਥ ਮਗਰੋਂ ਜ਼ੋਰ ਦੀ ਵਾਵਾ ਖੜਕੇ ਲਾਲ ਬੂਆ ਖੁੱਲਿਆ ਤੇ ਗਚੁਰੜੀਆਂ ਵਾਲੇ ਸ਼ਲਵਾਰ ਕਮੀਜ਼ ਪਾਈ ਕਰਨ ਬਰੜਰੇ ਵਾਲਾਂ ਦਾ ਅੰਗਰੇਜ਼ੀ ਬੋਦਾ ਵਾਈ ਬੰਦੇ ਨੇ ਬਾਹਰ ਚਾੱਕਿਆ ਦੋਵੇਂ ਇੱਕ ਦੂਜੇ ਨੂੰ ਬੁਲਾਏ ਬਿਨਾ ਵੇਖਿਆ ਇੱਕ ਨਜ਼ਰ ਉਹਨੇ ਪਿੱਛੇ ਹਟਦੇ ਨੇ ਨਿੱਕੇ ਛੋਰ ਤੇ ਵੀ ਗਤੀ ਬਾਬੇ ਨੇ ਇੱਕ ਹੱਥ ਨਾਲ ਛੋਰ ਦੀ ਬਾਹ ਫੜ ਲਈ ਬੜੀ ਨਰਮਾਈ ਨਾਲ ਤੇ ਉਡੇਕਣ ਲੱਗ ਪਿਆ ਵਾਵਾ ਚੱਟ ਹੋਮਨ ਲੱਗਾ ਉਹਨਾਂ ਨੂੰ ਅੰਗਰੇਜ਼ੀ ਬੋਦੇ ਤੇ ਸੁੱਥਨ ਕਮੀਜ਼ ਵਾਲੇ ਨੂੰ ਉਡੀਕਦੇ ਆ ਲੱਗਦਾ ਸੀ ਜਿਵੇਂ ਬਾਬਾ ਹੋਰ ਨਹੀਂ ਸੀ ਉਡੀਕੂ ਤੇ ਛੋਰ ਨੂੰ ਲੈ ਕੇ ਮੁੜੂ ਸੀ ਫਿਰ ਉਹਨੇ ਕੁਝ ਸੋਚ ਕੇ ਆਪਣੀ ਮੋٹے ਬੈਂਤ ਦੀ ਖੁੰਡੀ ਦਾ ਸੰਭਾ ਅੰਗਰੇਜ਼ੀ ਪਿਤਾਵਾਂ ਵਾਲੇ ਬਿਆੜ ਦੇ ਬੂਵੇ ਉੱਤੇ ਮਾਰਿਆ ਤੇ ਛੋਰ ਦੀ ਬਾਹ ਫੜ ਕੇ ਪਰਤ ਪਿਆ ਇੱਕ ਵਾਰੀ ਫਿਰ ਖੜਕੇ ਨਾਲ ਅੰਦਰੋਂ ਚਟਕਣੀ ਖੁੱਲੀ ਤੇ ਉਹ ਬੰਦਾ ਬਾਹਰ ਨਿਕਲ ਆਇਆ ਜਿਹੜਾ ਛਾਤੀ ਮਾਰ ਕੇ ਅੰਦਰ ਟੁਰ ਗਿਆ ਸੀ ਉਮਰ ਤੇ ਬਾਵਾ ਸਾਸੂ ਹੁੰਜੇ ਬਾਬੇ ਤੂੰ ਹੌਲਾ ਲੱਗਦਾ ਸੀ ਆਲਾ ਬਾਬਾ ਆਜਾ ਮੈਂ ਕੰਮੇ ਲੱਗ ਗਿਆ ਸਾਂ ਕੁਝ ਕਾਗਜ਼ ਲਿਖਣੇ ਸਾਂ ਬਸ ਥੋੜਾ ਚਿਰ ਲੱਗ ਗਿਆ ਆਜਾ ਆਜਾ ਇਹ ਦੋਤਰਾ ਹੈ ਨਾ ਤੇਰਾ ਬਾਬੇ ਉਹਨੂੰ ਜਵਾਬ ਨਿਰਸਿਰ ਹਲਾ ਕੇ ਹੀ ਦਿੱਤਾ ਆਜੋ ਇਧਰੋਂ ਹੀ ਡਿਊੜੀ ਵੱਲੋਂ ਹੀ ਬਾਬੇ ਨੇ ਛੋਰ ਨੂੰ ਖੂਤੀ ਚ ਹੱਥ ਧਰਦੇ ਅੱਗੇ ਟੋਰਿਆ ਤੇ ਆਪ ਵੀ ਉਹਦੇ ਪਿੱਛੇ ਲੰਘ ਆਇਆ ਬਾਉ ਮਜੀਦ ਹੋਣ ਕਿਹੜੇ ਬੰਨੇ ਐ ਸਜੇ ਆਥਾ ਜੋ ਮੇਰੇ ਪਿੱਛੇ ਇੱਕ ਵੱਡਾ ਖੁੱਲਾ ਕਮਰਾ ਸੀ ਸਰਕਾਰੀ ਘਰ ਦਾ ਦੋ ਛਦੀਰਾਂ ਤੇ ਛੱਤਿਆ ਆ ਸੂਫੇ ਲੱਗੇ ਸਨ ਵਿੱਚ ਕਲੀਨ ਵਿਛਿਆ ਆ ਸੀ ਬਾਬੇ ਨੇ ਬੂਹਾ ਲੰਗਦਿਆਂ ਜੁੱਤੀ ਲਾਹ ਦਿੱਤੀ ਸੀ ਛੋਰ ਨੇ ਵੀ ਜੁੱਤੀ ਲਾਹ ਦਿੱਤੀ ਬਾਬੇ ਖੁੰਡੀ ਹੱਥੋਂ ਨਹੀਂ ਸੀ ਛੱਡੀ ਅੱਗੇ ਲੰਘਣ ਲੱਗਾ ਤੇ ਬਾਉ ਮਜੀਦ ਨੇ ਉੱਚੀ ਸਾਰੀ ਕਿਸੇ ਨੂੰ ਆਵਾਜ਼ ਮਾਰੀ ਘਰ ਵਿੱਚ ਕੰਮ ਕਰਨ ਵਾਲੀ ਇੱਕ ਕੁੜੀ ਅੰਦਰ ਆਣ ਵੜੀ ਬਾਬਾ ਛੋਰ ਨੂੰ ਲੈ ਕੇ ਸੋਫੇ ਉੱਤੇ ਬਹਿਣ ਲੱਗਾ ਬਾਉ ਮਜੀਦ ਬੋਲੇਆ ਖਲੋ ਜੋ ਖਲੋ ਜੋ ਖਲੋ ਜੋ ਰੱਖੀਏ ਉਹ ਵਿਚਲਾ ਮੇਜ਼ ਪਰਾਂ ਕਰ ਕੁੜੀ ਨੇ ਮੇਜ਼ ਪਰਾਂ ਕਰ ਦਿੱਤਾ ਤੇ ਬਾਬੇ ਨੂੰ ਤੇ ਉਹਦੇ ਦੋਤਰੇ ਨੂੰ ਕਲੀਨ ਉੱਤੇ ਬਹਿ ਜਾਣ ਲਈ ਗਿਆ। ਉੱਥੇ ਬੈਠੋ ਨਾ ਖੁੱਲੇ ਡੁੱਲੇ ਹੋ ਗਏ। ਬਾਬੇ ਕੋਈ ਨਿੰਦ ਵਿਚਾਰ ਨਾ ਕੀਤਾ ਤੇ ਕਲੀਨ ਤੇ ਬਹਿ ਗਿਆ। ਛੋਰ ਨੇ ਕਮੀਜ਼ ਨਾਲ ਆਪਣੇ ਪੱਟ ਕੇ ਜੇ ਤੇ ਝੌਂਕੜੀ ਮਾਰ ਲਈ। ਕਮਰੇ ਦੀ ਅੰਗਿਠੀ ਉੱਤੇ ਚੌਕਟਿਆਂ 'ਚ ਮੜੀਆਂ ਕਿ ਨਹੀਂ ਫੋਟਵਾਲ ਲੱਗੀਆਂ ਹੀਆਂ ਸਾਨ। ਕਈ ਪਗੜੀਆਂ ਤੇ ਕੋਟ ਪਤਲੂਨਾ ਪਾਇਆਂ ਦੀਆਂ ਕਈ ਅਜਿਹੀ ਵੀ ਸਨ ਜਿੰਨਾ ਸੁਥਣਾ ਉੱਤੇ ਕੋਟ ਪਾ ਕੇ ਟਾਈਆਂ ਲਾਈਆਂ ਹੋਈਆਂ ਸਨ ਕੁਝ ਸੰਦਾਂ ਤੇ ਸਰਟੀਫਿਕੇਟ ਵੀ ਸਨ ਫੋਟੋਆਂ ਵਾਕਣ ਮੜੇ ਹੋਏ ਕੁਝ ਅੰਗਰੇਜ਼ ਅਫਸਰਾਂ ਦੀਆਂ ਫੋਟੋਆਂ ਵੀ ਸਨ ਅੰਗਿਠੀ ਤੋਂ ਉੱਤੇ ਕੰਨ ਨਾਲ ਹਿਰਨ ਦੇ ਤੇ ਨਹੀਂ ਸੰਡੇ ਦੇ ਸਿੰਘ ਜ਼ਰੂਰ ਕਾਲੀ ਮੋਟੀ ਲੱਕੜ ਦੇ ਸੁਜਾਵਟੀ ਫੱਟੇ ਉੱਤੇ ਕਿੱਲਾਂ ਨਾਲ ਠੁੱਕੇ ਸਨ ਮੱਥੇ ਦੀ ਖਲੜੀ ਸਨ ਇੱਕ ਪਾਸੇ ਦੀ ਕੰਧ ਉੱਤੇ ਬੰਦੂਕ ਟੰਗੀ ਹੋਈ ਸੀ ਬਉ ਮਜੀਦ ਆਪਣੇ ਸੁਫੇ ਉੱਤੇ ਬੈਠ ਕੇ ਆਇਆ ਸੀ ਮਜੀਦ ਇਹ ਦੱਸ ਇਹ ਜਿਹੜੀਆਂ ਫੋਟੋਆਂ ਤੁਹ ਤਰ ਗਿਆ ਹੋਈਆਂ ਨੇ ਅੰਗੂਠੀ ਉੱਤੇ ਇਹਨਾਂ ਚ ਪਲਾ ਫਜ਼ਲਦੀਨ ਦੀ ਵੀ ਫੋਟੋ ਹੈ ਕਿ ਨਹੀਂ ਜੇ ਹੈ ਤਾਂ ਵਖਾਖਾ ਮੈਨੂੰ ਨਵੇਂ ਬਾਬਾ ਉਹਨਾਂ ਦੀ ਤਾਂ ਕੋਈ ਤਸਵੀਰ ਨਹੀਂ ਹਾਲਾਕੋ ਇੱਕ ਵੀ ਨਹੀਂ ਹੈ ਸਾਨੂੰ ਪਰ ਹੁਣ ਕੋਈ ਨਹੀਂ ਸਾਰੀਆਂ ਹੀ ਸਾਮਸਮ ਛੜੀਆਂ ਨੇ ਸੋ ਉਹ ਖਲੇਜੜ ਆਜ ਗਈਆਂ ਨੇ ਮੈਨੂੰ ਹੁਣ ਜ਼ਿਕਰ ਚیتے ਹੀ ਫਜ਼ਲਦੀਨ ਖਾਕੀ ਪੱਗ ਹੁੰਦੀ ਸਾਸੂ ਕੰਡ ਤੇ ਲਮਕ ਦੇ ਲੰਮੇ ਲੜ ਵਾਲੀ ਕਾਲੀ ਅਚਕਣ ਚਿੱਟੀ ਸੁਥਣ ਤੇ ਲੱਕ ਡੂ ਡਾਥ ਚੌੜਾ ਪਟਕਾ ਡੀਸੀ ਦੇ ਦਫ਼ਤਰ ਦੇ ਬਾਹਰ ਖਲੋਤਾ ਹੁੰਦਾ ਸੀ ਜਿਸ ਕਿਸੇ ਵੀ ਅੰਦਰ ਜਾਣਾ ਉਹਨੂੰ ਪੁੱਛ ਕੇ ਹੀ ਜਾਣਾ ਜਾਂ ਉਹਦੇ ਕੋਲੋਂ ਪੁਛਾ ਕੇ ਜਾਣਾ ਬਾਉ ਮਜੀਦ ਗੁਜਰਾ ਬੋਲਿਆ ਉਹਨੇ ਜਿਵੇਂ ਬਾਬੇ ਦੀ ਗੱਲ ਹੀ ਨਹੀਂ ਸੀ ਸੁਣੀ ਇਹ ਪਤਾ ਹੀ ਜਿੱਥੇ ਤੁਹਾਡੇ ਆ ਸਰਕਾਰੀ ਘਰ ਬਣੇ ਹੋਏ ਨੇ ਇਹ ਰਕਬਾ ਕਿੰਨਾ ਕੋਲ ਹੁੰਦਾ ਸੀ ਮੈਨੂੰ ਕੀ ਪਤਾ ਹੋਵੇ ਉਹ ਇਹ ਸਾਰਾ ਸਾਡੇ ਕੋਲ ਹੁੰਦਾ ਸੀ ਇੱਥੇ ਅੱਧੀ ਥਾਂ ਉਤੇ ਤਾਂ ਪਾਣੀ ਖੜਾ ਰਹਿੰਦਾ ਸੀ ਅਸੀਂ ਇਹਦੇ ਵਿੱਚ ਸਣ ਬੀਜਦੇ ਹੁੰਦੇ ਸਾਂ ਸਣ ਦਾ ਪਤਾ ਹੀ ਕੀ ਹੁੰਦੀ ਸਣ ਦੀਆਂ ਮੰਝੀਆਂ ਵੀ ਬਣਦੀਆਂ ਹੁੰਦੀਆਂ ਸਾਂ ਉਹਨਾਂ ਨੂੰ ਸਾਣੀ ਮੰਝੀ ਕਹੀਦਾ ਸੀ ਤੇ ਕਈ ਲੱਕ ਪੀੜ ਵਾਲੇ ਬੰਦੇ ਜਿਹੜੇ ਸਣ ਉਹਨਾਂ ਨੂੰ ਕੀ ਮਾਲੇ ਦੱਸਣਾ ਜੇ ਤੁਸੀਂ ਸਾਨਾ ਵਾਲੀ ਮੰਜੀ ਤੇ ਸਵੋ ਤੁਹਾਡੀ ਲੱਕ ਪੀੜ ਦਾ ਇਲਾਜ ਹੋ ਜਾਏਗਾ। ਉਹੀ ਸਾਨੂੰ ਸਹੀ। ਅਸਾਂ ਉੱਥੇ ਬਿਜਲੀ ਤੇ ਫਿਰ ਰਾਖੀ ਬੁੜੀ ਰੱਖਣੀ ਪੈਂਦੀ ਸੀ। ਹਿਰਨੀਆਂ ਦੀਆਂ ਡਾਰਾਂ ਆ ਜਾਂਦੀਆਂ ਸਨ। ਉਹਨਾਂ ਬੜੇ ਸ਼ੌਕ ਨਾਲ ਸਾਨੂੰ ਚੁਗਣੀ ਤੇ ਅਸਾਂ ਉਹਨਾਂ ਨੂੰ ਜਿੰਨਾ ਸਣ ਰਹਿਣੀ ਮਾੜਾ ਮਾੜਾ ਤਰਾਹ ਦਾ ਪੱਜ ਬਣਾਈ ਰੱਖਣਾ। ਬਾਕੀ ਜ਼ਮੀਨ ਵਿੱਚ ਅਸੀਂ ਮੁੰਜੀ ਕਣਤੇ ਲਾਜ਼ਮੀ ਘੜਦੇ ਸਾਂ ਫਿਰ ਕਪਾਕ ਮਾਦ ਵੀ ਆਪਣੇ ਜੋਗਾ ਵਿੱਚ ਲੈਣਾ ਇੱਕ ਖਾਕੀ ਕਪਾ ਵੀ ਹੁੰਦੀ ਸਹੀ ਬਹੁ ਮੇ ਜਿੱਦ ਨੂੰ ਕੁਝ ਸਮਝ ਨਹੀਂ ਸੀ ਆਉਂਦੀ ਬਾਬਾ ਕਿਹੜੀਆਂ ਗੱਲਾਂ ਪਿਆ ਕਰਦਾ ਹੈ ਤੇ ਉਹਨੂੰ ਕਿਉਂ ਸੁਣਾਉਂਦਾ ਪਿਆ ਅੰਗਰੇਜ਼ੀ ਬਾਦਸ਼ਾਹੀ ਆਈ ਤੇ ਪਿਓ ਦੱਸਦਾ ਸੀ ਬੇਸ਼ਤੀ ਉਹਨਾਂ ਮਾਮਲਾ ਜ਼ਮੀਨ ਉੱਤੇ ਲਾ ਦਿੰਦਾ ਕੁਝ ਵੀਜੋ ਨਾ ਵੀਜੋ ਮਾਮਲਾ ਜ਼ਰੂਰ ਬਰ ਜ਼ਰੂਰ ਤਾਰੋ ਤੇ ਉਹ ਵੀ ਰੋਕੜੇ ਚ ਨਹੀਂ ਤੇ ਕਦਾ ਪੁੱਗਤੋ ਅਸਾਂ ਕਿਹਾ ਸਾਥੋਂ ਨਹੀਂ ਇਹ ਮਾਮਲਾ ਕਰਨਾ ਹੋਰ ਵੀ بڑے ਘਰ ਸਨ ਜਿੰਨਾ ਇਹੋ ਆਖਿਆ ਪਈ ਰੋਕੜ ਕਿੱਥੋਂ ਆਵੇਗਾ ਕਦੀ ਮੂੰਹ ਨਹੀਂ ਡਿੱਠਾ ਮੰਡੀਆਂ ਬਣ ਗਈਆਂ ਉੱਥੇ ਵੀ ਤੇ ਲੋਾਈ ਸੀ ਸਾਰੀ ਕੀਤੀ ਕਰਤੀ ਦੀ ਛੱਡ ਦਿੱਤੀ ਅਸਾਂ ਆਪ ਹੀ ਸਾਰੀ ਦਾਦਿਆਂ ਪੜਦਾਦਿਆਂ ਦੇ ਰੱਤ ਮੁੜ ਕੇ ਨਾਲ ਸੂਤਰੀ ਹੋਈ ਜ਼ਮੀਨ ਉਹ ਡੋਲੀ ਬੇਜੁ ਮੈਨੇ ਹੋ ਬੈ ਤਿਆਰ ਰੱਖੀਆਂ ਕਰਨ ਲੱਗ ਪੈ ਇਨੇ ਚ ਬਹੁ ਮਜੀਦ ਨੇ ਉੱਚੀ ਸਾਰੀ ਰੱਖੀ ਆਪਕੇ ਸਾਧੂ ਮਾਰੀ ਉਹ ਰੋਮੇਜ਼ ਲਾ ਮੈਂ ਕਰਨ ਵਾਲੀ ਲਿਫ ਜਈ ਕਾਲੀ ਕੁੜੀ ਭੂਵੇਂ ਚਾਕੀ ਬਾਬੇ ਨੂੰ ਗਜਰੇਲਾ ਹੀ ਖਵਾਉ ਝਾ ਮੁੰਡੇ ਲਈ ਵੀ ਲਈ ਆਵੀ ਚਾਟਣਾ ਪਿਆ ਤਾਂ ਰੱਖੀ ਦੋ ਕਿੰਗਰਿਆਂ ਵਾਲੀਆਂ ਥਾਲੀਆਂ ਵਿੱਚ ਗਜਰੇਲਾ ਲਿਆ ਕੇ ਬਾਬੇ ਤੇ ਉਦੋਂ ਦੋ ਤਰੇ ਅੱਗੇ ਰੱਖ ਗਏ ਬਾਬਾ ਉਂਗਲ ਨਾਲ ਲਬੇੜ ਲਬੜ ਕੇ ਗਜਰੇਲਾ ਖਾਣ ਲੱਗ ਪਿਆ ਚੋਰ ਉਦੇ ਵੱਲ ਤੱਕਦਾ ਸੀ ਪਿਆ ਉਹਨੂੰ ਉਂਗਲ ਨਾਲ ਖਾਨ ਤੋਂ ਖਬਰੇ ਚਾਗਾ ਪਿਆ ਹੁੰਦਾ ਸੀ ਜਾਂ ਵੱਲ ਹੀ ਨਹੀਂ ਸਾਸੂ ਆਉਂਦਾ ਪਿਆ ਬਾਬੇ ਉਹਨੂੰ ਅੱਖ ਮਾਰੀ ਤੇ ਉਹ ਉਂਗਲ ਨਾਲ ਹੀ ਡੈ ਪਾਓ ਛੋਰ ਵੀ ਹੌਲੀ ਹੌਲੀ ਖਾਨ ਲੱਗ ਪਿਆ ਅੱਛਾ ਬਾਬਾ ਇਹ ਦੱਸ ਇਸ ਵਾਰੀ ਕੀ ਕਰਨਾ ਜਜ਼ਮੀਨ ਦਾ ਵਾਣੀ ਜੇ ਕਿ ਨਹੀਂ ਮਾਊ ਮਜੀਦ ਅਸਲ ਗੱਲ ਵੱਲ ਝਟ ਆਇਆ ਵਾਣੀ ਕਿਉਂ ਨਹੀਂ ਵਾਣੀ ਮੈਂ ਕੀ ਦਸਾਂ ਹੁਣ ਤਾਂ ਜਿਵੇਂ ਧਰੋਂ ਤੇਰੀ ਵੰਦੇ ਆਉਨੇ ਆ ਆਪਣੀ ਵੀ ਇਹ ਉਮਰ ਹੋ ਗਈ ਏ ਤੇ ਅੱਗੋਂ ਤੇ ਪੁੱਤਰ ਵੀ ਉਲਾਦਾਂ ਵਾਲੇ ਹੋ ਗਏ ਨੇ ਉਹ ਤੇ ਠੀਕ ਏ ਪਰ ਹੁਣ ਪਹਿਲੇ ਹਿੱਸੇ ਤੇ ਨਹੀਂ ਦੇਣੀ ਕਿਹੜੀ ਗੱਲੋਂ ਸਤਵੇਂ ਉੱਤੇ ਹੀ ਦਿੱਤੀ ਹੁੰਦੀ ਏ ਤੂੰ ਸਾਡੇ ਹੱਥ ਤੇ ਕੁਝ ਵੀ ਨਹੀਂ ਆਉਂਦਾ ਮੰਗ ਪੈਣ ਕੇ ਹੀ ਗੁਜ਼ਰ ਕਰਨੀ ਪਉਂਦੀ ਏ ਪੂਰਾ ਵਰਾ ਮੈਨੂੰ ਠੇਕਾ ਪਿਆ ਮਿਲਦਾ ਈ ਬਾਬਾ 70000 ਵਰੇ ਦਾ ਪੂਰਾ ਦਾਣਾ ਫਕਾ ਤੇ ਪੱਠਾ ਗੱਥਾ ਵਖਰਾ ਤੂੰ ਚਾਹਦੇ ਤੇ ਬੈਠਾ ਵਾਂਦਾ ਰਹੋ ਜ਼ਮੀਨ ਬਾਬੇ ਨੇ ਗਜਰੇਲੇ ਤੂੰ ਹੱਥ ਢੱਕ ਲਿਆ ਤੇ ਟਾਲੀ ਅੱਗੋਂ ਉਪਰਾਂ ਕਰ ਦਿੱਤੀ ਹਿਸਾਬ ਆਵੇਂ ਅਠਵਾ ਕਰ ਲੈ ਪਰ ਟਿਕਿਆ ਰਹਿੰਦੇ ਸਾਨੂੰ ਜਿੱਥੇ ਟਿਕੇ ਆ ਬਾਬੇ ਦਾ ਸਿਰ ਕੰਬਿਆ ਤੇ ਨਾਲ ਪੱਗ ਵੀ ਹਲੂਣੀ ਗਈ ਠੇਕਾ ਜਾ ਤਾਰੋ ਤੇ ਬੈਠੇ ਰੋ ਮੇਰੇ ਵੱਲੋਂ 70000 ਕਿਹੜਾ ਚੋਖਾ ਸਾਰੀ ਉਮਰ ਕਮਾਈ ਜੇ ਬਹੁ ਮਜੀਦ ਦੀ ਬਾਜ ਚੋਖੀ ਕੋਰੀ ਹੋ ਗਈ ਸੀ ਬਾਉ ਸਾਡੇ ਵਾਰੇ ਨਹੀਂ ਛੱਡ ਦਿਓ ਫਿਰ ਬਾਉ ਮਜੀਦ ਦੀ ਸੁਣੇ ਬਿਨਾ ਬਾਉ ਮਜੀਦ ਬਾਬੇ ਦੀ ਸੁਣੇ ਬਿਨਾ ਆਪਣੀ ਥਾਉ ਉੱਠ ਕੇ ਅੰਦਰ ਟੁਰ ਗਿਆ ਬਾਬਾ ਹਲਦ ਵਾਲੇ ਦੀਆਂ ਕੰਨਾਂ ਛਾਕਣ ਲੱਗ ਪਿਆ ਸੰਡੇ ਦੇ ਸਿੰਘ ਮੋٹے ਸਾਰੇ ਪਾਲਿਸ਼ ਕੀਤੇ ਹੋਏ ਤਖਤੇ ਤੇ ਠੁੱਕੇ ਹੋਏ ਦੁੱਜੀ ਗੰਨ ਤੇ ਲੱਗੀ ਬੰਦੂਕ ਅੰਗਰੇਜ਼ੀ ਵੇਲੇ ਦੀ ਬਾਬੇ ਦੇ ਸਿਰ ਨਾਲ ਉਹਦੇ ਹੱਥ ਵੀ ਕੰਬਣ ਲੱਗ ਪਏ ਘੜੇ ਪਲ ਵਿੱਚ ਹੀ ਉਹਨੂੰ ਚੋਲਾ ਹੋ ਗਿਆ ਛੋਰ ਤੇ ਵੀ ਛੋਰਨੇਵੇਂ ਗਜਰੇਲਾ ਵਿੱਚੇ ਛੱਡ ਦਿੱਤਾ ਬਾਬੇ ਨੇ ਦੋਤਰੇ ਵੱਲ ਚਾਕੇ ਬਿਨਾ ਵਾਵਾ ਜਰ ਬਾਉ ਮਜੀਦ ਦੇ ਮੋੜ ਆਉਣ ਦੀ ਉਡੀਕ ਕੀਤੀ ਉਹ ਤੇ ਨਾ ਆਇਆ ਉਹਦੇ ਨੌਕਰ ਨੇ ਅੰਦਰ ਚਾਤੀ ਮਾਰਦੇ ਆਖਿਆ ਬਾਬਾ ਜਾਓ ਤੁਸੀਂ ਬਾਉ ਹੋਰੀ ਤੇ ਸੈਲ ਕਰਨ ਟੁਰ ਗਏ ਹੋਏ ਨੇ ਉਹਨਾਂ ਛੇਤੀ ਨਹੀਂ ਆਉਣਾ ਹੋਣਾ ਬਾਬੇ ਤੂੰ ਬੋਲਣ ਬੜਾ ਔਖਾ ਹੋ ਗਿਆ ਉਹਨੇ ਬੜਾ ਜ਼ੋਰ ਲਾ ਕੇ ਵੀ ਹੌਲੇ ਜਿਹੇ ਛੋੜ ਨੂੰ ਇੰਨਾ ਹੀ ਆਖਿਆ ਚੱਲ ਪਿਆ ਉੱਠ ਚਲੀ ਜਾ